ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵਾਰੀ ਫੇਸ ਦਿੱਤਾ ਹੈ ਡਾਕਟਰ ਨਿਸ਼ਾ ਡੋਗਰਾ ਨੂੰ ਜੋ ਕਿ ਸਾਨੂੰ ਸਿਹਤ ਸੰਬੰਧੀ ਜੋ ਗੱਲਬਾਤ ਹਨ ਉਹ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਸਤਵਰ ਸਿੰਘ ਜੀ ਆ ਕਹਿੰਦੇ ਆ ਡਾਕਟਰ ਨਿਸ਼ਾ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਔਰ ਲਸ਼ਕਾਰਾ ਪ੍ਰੋਗਰਾਮ ਦੇਖਣ ਵਾਲੇ ਸਾਰਿਆਂ ਨੂੰ ਮੇਰੀ ਪਿਆਰ ਜੀ ਨਿੱਘੀ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਡਾਕਟਰ ਨਿਸ਼ਾ ਤੁਸੀਂ ਤਕਰੀਬਨ ਮਹੀਨੇ ਵਿੱਚ ਇੱਕ ਵਾਰ ਸਾਡੇ ਪਰਿਵਾਰਾਂ ਦੇ ਰੂਬਰੂ ਹੁੰਦੇ ਜੀ ਜੀ ਅਤੇ ਖਾਸ ਤੌਰ 'ਤੇ ਸਿਹਤ ਸੰਬੰਧੀ ਜਿਹੜੀਆਂ ਸੇਵਾਵਾਂ ਤੁਸੀਂ ਪ੍ਰਦਾਨ ਕਰਦੇ ਹੋ ਇੱਕ ਗੱਲ ਬੜੀ ਵਧੀਆ ਲੱਗਦੀ ਹੈ ਜਦੋਂ ਤੁਸੀਂ ਕਹਿੰਦੇ ਹੋ ਕਿ ਇਸ ਤੋਂ ਪਹਿਲਾਂ ਕਿ ਬਿਮਾਰੀ ਤੁਹਾਡੇ ਦੇ ਪੂਰੀ ਤਰ੍ਹਾਂ ਕਾਬਜ ਹੋ ਜਾਵੇ ਪਹਿਲਾਂ ਹੀ ਉਸ ਬਿਮਾਰੀ ਦੀ ਚੈੱਕਅਪ ਕਰਾ ਲਓ ਵੀ ਜਦੋਂ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ ਨਾ ਉਦੋਂ ਕਾਬੂ ਪਾਇਆ ਜਾ ਸਕਦਾ ਪਰ ਬਾਅਦ ਦੇ ਵਿੱਚ ਕਾਬੂ ਪਾਉਣਾ ਬਹੁਤ ਔਖਾ ਹੋ ਜਾਂਦਾ ਫਿਰ ਤਕਲੀਫਾਂ ਬਹੁਤ ਹੁੰਦੀਆਂ ਨੇ ਜੀ ਸ਼ਮੀ ਜੀ ਬਿਲਕੁਲ ਠੀਕ ਹੈ ਕਿਉਂਕਿ ਅਸੀਂ ਬਿਮਾਰੀਆਂ 'ਤੇ ਕਾਬੂ ਪਾਈਏ ਜੇ ਅਸੀਂ ਨਹੀਂ ਪਾਵਾਂਗੇ ਤਾਂ ਬਿਮਾਰੀ ਨੇ ਸਾਡੇ ਕਾਬੂ ਪਾ ਲੈਣਾ ਬਿਲਕੁਲ ਜੀ ਸੋ ਇਟਸ ਅਦਰ ਵੇ ਰੋਣ ਕਿ ਜਿੰਨੀ ਛੇਤੀ ਅਸੀਂ ਆਪੇ ਐਕਟ ਕਰੀਏ ਤਾਂ ਕਿ ਬਿਮਾਰੀਆਂ ਉੱਥੇ ਹੀ ਕੰਟਰੋਲ ਹੋ ਜਾਣ ਲੱਗਣ ਨਾ ਅਤੇ ਅਸੀਂ ਵਧੀਆ ਜ਼ਿੰਦਗੀ ਜੀਏ ਸਹੀ ਗੱਲ ਹੈ ਹੁਣ ਪਿਛਲੀ ਵਾਰ ਜਦੋਂ ਤੁਸੀਂ ਆਏ ਸੀ ਜੀ ਆਪਾਂ ਬੜਾ ਵਧੀਆ ਸੈਗਮੈਂਟ ਤੁਸੀਂ ਪੇਸ਼ ਕੀਤਾ ਸੀ ਖਾਸ ਤੌਰ 'ਤੇ ਜਿਸ ਤਰ੍ਹਾਂ ਹੁਣ ਸੀਜ਼ਨ ਵੀ ਚੱਲ ਰਿਹਾ ਅਲੱਗ ਅਲੱਗ ਪਰਿਵਾਰਾਂ ਦੇ ਮੈਂਬਰਾਂ ਨੂੰ ਅਲੱਗ ਅਲੱਗ ਚੀਜ਼ਾਂ ਤੋਂ ਐਲਰਜੀ ਵਗੈਰਾ ਹੈਗੀ ਹੈ ਜੀ ਸੋ ਸਾਡੇ ਪਰਿਵਾਰਾਂ ਨੇ ਬੜਾ ਉਸ ਸੈਗਮੈਂਟ ਨੂੰ ਪਸੰਦ ਕੀਤਾ ਅਤੇ ਬਹੁਤ ਸਾਰੇ ਪਰਿਵਾਰਾਂ ਨੇ ਆ ਕੇ ਤੁਹਾਡੇ ਤੋਂ ਸਲਾਹ ਮਸ਼ਵਰੇ ਲਏ ਆ ਜੀ ਤੁਹਾਡੇ ਕੋਲ ਆਏ ਵੀ ਆ ਹੁਣ ਆਪਾਂ ਇਸੇ ਵਿਸ਼ੇ ਨੂੰ ਅੱਗੇ ਤੋਰੀਏ ਜੀ ਹੁਣ ਐਲਰਜੀ ਵਗੈਰਾ ਜਦੋਂ ਹੋ ਜਾਂਦੀ ਆ ਉਸ ਤੋਂ ਬਾਅਦ ਕੀ ਇਹ ਪੂਰੀ ਤਰ੍ਹਾਂ ਇਸ 'ਤੇ ਕੰਟਰੋਲ ਕੀਤਾ ਜਾ ਸਕਦਾ ਜੇ ਕੰਟਰੋਲ ਨਹੀਂ ਕੀਤਾ ਜਾਂਦਾ ਤਾਂ ਕੀ ਇਸ ਤੋਂ ਇਸ ਬਿਮਾਰੀ ਤੋਂ ਹੋਰ ਵੀ ਬਿਮਾਰੀਆਂ ਜਨਮ ਲੈਂਦੀਆਂ ਨੇ ਜੀ ਬਿਲਕੁਲ ਇੰਪੋਰਟੈਂਟ ਕੁਸ਼ਚਨ ਹੈ ਔਰ ਇਹੋ ਹੀ ਕੁਸ਼ਚਨ ਸਾਨੂੰ ਕਾਫੀ ਹੋਰਾਂ ਨੇ ਵੀ ਪੁੱਛਿਆ ਸੀ ਫੋਨ ਕਰਕੇ ਵੀ ਅਤੇ ਕਈ ਆਏ ਵੀ ਸੀ ਕਈ ਤਾਂ ਐਸੇ ਨੇ ਜਿਹੜੇ ਕਿ ਆਪਣੇ ਬੱਚਿਆਂ ਲਈ ਵਰਿਡ ਨੇ ਕਿ ਉਹ ਕਹਿੰਦੇ ਕਿ ਇਹ ਸਾਡੇ ਬੱਚੇ ਜਿਹੜੇ ਕਈ ਪੈਦਾ ਹੁੰਦੇ ਹੀ ਐਲਰਜੀਜ਼ ਵਗੈਰਾ ਸ਼ੁਰੂ ਹੋ ਜਾਂਦੀਆਂ ਨੇ ਮੇਰੇ ਕੋਲ ਛੋਟੇ ਛੋਟੇ ਬੱਚੇ ਆਉਂਦੇ ਨੇ ਤਿੰਨ ਤਿੰਨ ਚਾਰ ਚਾਰ ਸਾਲ ਦੇ ਜਿਹਨਾਂ ਨੂੰ ਇੱਥੇ ਖਾਜ ਵਗੈਰਾ ਹੁੰਦੀ ਹੈ ਕਈਆਂ ਖਾਜ ਕਰ ਕਰਕੇ ਬਲੱਡ ਆ ਜਾਂਦਾ ਹੈ ਜਾਂ ਫਿਰ ਸਕਿਨ ਐਲਰਜੀਜ਼ ਜਿਹੜੀਆਂ ਹੁੰਦੀਆਂ ਨੇ ਜਾਂ ਅੱਖਾਂ 'ਚੋਂ ਪਾਣੀ ਆਉਂਦਾ ਰਹਿੰਦਾ ਛਿੱਕਾਂ ਮਾਰਦੇ ਨੇ ਅਤੇ ਕਈ ਵੱਡੇ ਵੀ ਆ ਨੇ ਕਹਿੰਦੇ ਉੱਠਣੇ ਆ ਤਾਂ 15-20 ਛਿੱਕਾਂ ਦੇ ਆਉਣਾ ਮਾਮੂਲੀ ਗੱਲ ਹੈ ਸੋ ਉਹ ਕਹਿੰਦੇ ਨੇ ਕਿ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦਾ ਤਾਂ ਜੈਨੇਟਿਕ ਵੀ ਹੁੰਦਾ ਹੈ ਅਤੇ ਇਮਿਊਨ ਸਿਸਟਮ ਜਿਹੜਾ ਪੇਰੈਂਟਸ ਕੋਲੋਂ ਹੈਰੀਟਰੀ ਕਹਿੰਦੇ ਉਹਨਾਂ ਨੂੰ ਕਿ ਪੇਰੈਂਟਸ ਕੋਲੋਂ ਵੀ ਮਿਲਦੀਆਂ ਨੇ ਤਕਲੀਫਾਂ ਅਤੇ ਜਿਹੜੇ ਵੱਡੇ ਨੇ ਅਗਰ ਤਾਂ ਉਹ ਥੋੜ੍ਹੀ ਦੇਰ ਦੀ ਪ੍ਰੋਬਲਮ ਹੈ ਅਤੇ ਉਹ ਛੇਤੀ ਠੀਕ ਵੀ ਹੋ ਸਕਦੀ ਹੈ ਲੇਕਿਨ ਜਿੰਨੇ ਵੀ ਸਾਡੇ ਕੋਲ ਕੇਸਿਸ ਆਏ ਨੇ ਇਹ ਦੇਖਿਆ ਕਿ ਕਹਿੰਦੇ ਪਿਛਲੇ 20-25 ਸਾਲ ਤੋਂ ਅਸੀਂ ਸਫ਼ਰ ਕਰਦੇ ਪਏ ਹਾਂ ਕਿਉਂਕਿ ਕੁਛ ਤਾਂ ਹੈ ਨਾ ਜਿਹੜੇ ਇਮੀਗ੍ਰੈਂਟਸ ਹੁੰਦੇ ਨੇ ਕਿ ਇੰਡੀਆ 'ਚ ਵੀ ਠੀਕ ਸੀ ਇੰਡੀਆ ਤੋਂ ਜਾਂ ਇੰਗਲੈਂਡ ਤੋਂ ਵੈਦਰ ਦਾ ਫਰਕ ਪੈ ਜਾਂਦਾ ਹਾਂ ਇੱਥੇ ਆਏ ਨੇ ਤਾਂ ਉਹਨਾਂ ਨੂੰ ਇੱਥੇ ਸ਼ੁਰੂ ਹੋ ਗਈ ਹੈ ਜੀ ਜੀ ਅਤੇ ਉਹ ਹੋ ਗਿਆ ਟੈਂਪਰੇਰੀ ਅਤੇ ਉਹ ਫਰਕ ਵੀ ਪੈ ਜਾਂਦਾ ਜੇ ਅਗਰ ਠੀਕ ਟ੍ਰੀਟਮੈਂਟ ਹੋ ਜਾਏ ਜਾਂ ਜਲਦੀ ਟੈਸਟਿੰਗ ਨਾਲ ਪਤਾ ਲੱਗ ਜਾਏ ਕਿ ਕਿਹੜੇ ਕਿਹੜੇ ਐਲਰਜਨ ਨੇ ਜਾਂ ਕਿਹੜੀ ਕਿਹੜੀਆਂ ਪ੍ਰੋਬਲਮਸ ਨੇ ਜਾਂ ਕਿਉਂ ਹੁੰਦੀ ਪਈਆਂ ਨੇ ਲੇਕਿਨ ਕਈ ਐਸੀਆਂ ਨੇ ਜਿਹੜੇ ਕਿ 25-30 ਸਾਲ ਦੇ ਵਿਚਾਰੇ ਸਫ਼ਰ ਕਰਦੇ ਪਏ ਨੇ ਔਰ ਇਹ ਵੀ ਨਹੀਂ ਪਤਾ ਲੱਗਦਾ ਕਿ ਐਲਰਜੀ ਕਿੱਥੋਂ ਸ਼ੁਰੂ ਹੋਈ ਹੈ ਕੀ ਹੁੰਦੀ ਹੈ ਕਿਉਂਕਿ ਜਿਸ ਵੇਲੇ ਇੰਨੀ ਪੁਰਾਣੀ ਹੋ ਜਾਂਦੀ ਸੀ ਕਿ ਤੁਹਾਡੀ ਬਾਡੀ 'ਚ ਕਿੰਨੇ ਸਿਸਟਮ ਨੂੰ ਬਲੋਕ ਕਰਦੀ ਹੈ ਜਾਂ ਕਿੰਨੇ ਸਿਸਟਮ ਨੂੰ ਅਫੈਕਟ ਕਰਦੀ ਹੈ ਤਾਂ ਮਲਟੀਪਲ ਫੈਕਟਰਸ ਇਨਵੋਲਵ ਹੋ ਜਾਂਦੇ ਨੇ ਤਾਂ ਉਹ ਬੰਦਾ ਨਾ ਇਸ ਤਰ੍ਹਾਂ ਜਿਸ ਤਰ੍ਹਾਂ ਬਿਮਾਰੀ 'ਚ ਫਸ ਗਿਆ ਅਤੇ ਉਹ ਸਮਝ ਨਹੀਂ ਲੱਗਦੀ ਕੀ ਹੁੰਦਾ ਇੱਥੇ ਫਿਰ ਜਿਹੜੀ ਹੈ ਕਿ ਟੈਸਟਿੰਗ ਬੜੀ ਇੰਪੋਰਟੈਂਟ ਹੈ ਕਿ ਟੈਸਟਿੰਗ ਕਰਕੇ ਡਿਫਰੈਂਸ਼ੀਏਟ ਹੁੰਦਾ ਐਗਜੈਕਟਲੀ ਕਿ ਪ੍ਰੋਬਲਮ ਹੈ ਕੀ ਹੈ ਬਿਮਾਰੀ ਦੀ ਜੜ ਕੀ ਹੈ ਅਤੇ ਕੀ ਹੁੰਦਾ ਪਿਆ ਔਰ ਇਹ ਵੀ ਦੇਖਿਆ ਕਿ ਜਿਹਨਾਂ ਨੂੰ ਪ੍ਰੋਬਲਮ ਰਹਿੰਦੀ ਹੈ ਜਿਹੜਾ ਤੁਹਾਡਾ ਕੁਸ਼ਚਨ ਸੀ ਕਿ ਇਹਦੇ ਬਾਅਦ ਜਿਹੜੀਆਂ ਹੋਰ ਬਿਮਾਰੀਆਂ ਕਾਫੀ ਸ਼ੁਰੂ ਹੋ ਜਾਂਦੀਆਂ ਅਤੇ ਅਸੀਂ ਸੋਚਦੇ ਨਵੀਂ ਬਿਮਾਰੀ ਹੈ ਅਕੋਰਡਿੰਗ ਟੂ ਸੈਂਟਰ ਆਫ ਡਿਜ਼ੀਜ਼ ਕੰਟਰੋਲ ਜਿਹੜਾ CDC ਹੈ ਸਾਡੇ ਇੱਥੇ ਵੈਂਕੂਵਰ ਵੀ ਹੈ CDC ਔਰ US ਦਾ ਵੀ CDC ਕਾਫੀ ਵੱਡਾ ਹੈ ਜਿਹੜੇ ਕਿ ਡਿਜ਼ੀਜ਼ ਕੰਟਰੋਲ 'ਤੇ ਕਾਫੀ ਵਰਕ ਕਰਦੇ ਨੇ ਔਰ ਇਨਫੈਕਸ਼ੀਅਸ ਡਿਜ਼ੀਜ਼ 'ਤੇ ਕਾਫੀ ਉਹਨਾਂ ਦੀ ਮਹਾਰਤ ਹੈ ਉਹਨਾਂ ਦੇ ਅਕੋਰਡਿੰਗਲੀ ਉਹਨਾਂ ਨੇ ਦੱਸਿਆ ਹੈ ਕਿ ਐਟ ਲੀਸਟ 36 ਮਿਲੀਅਨ ਲੋਕ ਜਿਹੜੇ ਨੇ ਉਹ ਜਿਹੜੇ ਨੇ ਅਫੈਕਟ ਹੋ ਗਏ ਨੇ ਇਨਫੈਕਸ਼ੀਅਸ ਡਿਜ਼ੀਜ਼ ਕੋਲੋਂ ਕਿਉਂਕਿ ਜਿਸ ਵੇਲੇ ਤੁਹਾਡੀ ਬਾਡੀ ਦਾ ਸਿਸਟਮ ਜਿਹੜਾ ਫੰਕਸ਼ਨਲ ਨਹੀਂ ਹੁੰਦਾ ਤਾਂ ਤੁਹਾਡੀ ਬਾਡੀ 'ਚ ਸਸੈਪਟੀਬਿਲਟੀ ਬਣ ਜਾਂਦੀ ਕਿਉਂਕਿ ਜਿਸ ਵੇਲੇ ਤੁਹਾਨੂੰ ਕੋਈ ਤਕਲੀਫ ਹੁੰਦੀ ਤੁਸੀਂ ਐਂਟੀਬਾਇਓਟਿਕ ਲੈਂਦੇ ਹੋ ਬਿਲਕੁਲ ਜੀ ਅਤੇ ਆਪਣੇ ਲੋਕ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਐਂਟੀਬਾਇਓਟਿਕ ਪ੍ਰੋਪਰ ਲੈਂਦੇ ਵੀ ਨਹੀਂ ਹੈ ਉਹ 2 ਲੈ ਕੇ ਬਾਅਦ ਛੱਡ ਦੇਣੇ ਹਾਂਜੀ ਪੂਰਾ ਕੋਰਸ ਨਹੀਂ ਕਰਦੇ ਪੂਰਾ ਕੋਰਸ ਨਹੀਂ ਕਰਦੇ ਅਤੇ ਉਹਦੇ ਜਾਂ ਕਈ ਕਰਦੇ ਵੀ ਹੈ ਨੇ ਪਰ ਉਹਦੇ ਨਾਲ ਕੀ ਹੁੰਦਾ ਕਿ ਬਾਡੀ ਤਾਂ ਤੁਹਾਡਾ ਇੰਟਰਨਲ ਫਲੋਰਾ ਇੰਬੈਲੈਂਸ ਹੋ ਜਾਂਦਾ ਅਤੇ ਜਿਹੜੇ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਜਾਂ ਜਿਹੜੇ ਬੱਚੇ ਪੈਦਾ ਕਰਨ ਵਾਲੇ ਉਹਨਾਂ ਦੇ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਦੇ ਉੱਤੇ ਬਹੁਤ ਇਫੈਕਟ ਪੈਂਦਾ
ਕਿ ਉਹਨਾਂ ਦਾ ਪੈਦਾ ਹੁੰਦੇ ਜਿਹੜਾ ਇੰਟਰਨਲ ਫਲੋਰਾ ਹੈ ਉਹ ਇੰਬੈਲੈਂਸ ਹੀ ਰਹਿੰਦਾ ਹੈ। ਤੁਹਾਨੂੰ ਪਤਾ ਛੋਟੇ ਬੱਚੇ ਜਿਹੜੇ ਨੇ ਕਈਆਂ ਨੂੰ ਲੂਜ਼ ਮੋਸ਼ਨ ਲੱਗੇ ਹੁੰਦੇ ਨੇ ਜਾਂ ਕਈ ਛੋਟੇ ਬੱਚੇ ਕਬਜ਼ੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਹੋਰ ਫੈਕਟ ਇਨਵਾਲਵ ਹੁੰਦੇ, ਉਹਨੂੰ ਡਿਸਬਾਇਓਸਿਸ ਕਹਿੰਦੇ ਨੇ ਕਿ ਜਿਹਨਾਂ ਦਾ ਪੇਟ ਦਾ ਇੰਟਰਨਲ ਫਲੋਰਾ ਬੈਲੈਂਸ ਨਹੀਂ ਹੁੰਦਾ। ਸੋ ਉਹ ਫਿਰ ਬੱਚੇ ਜਿਹੜੇ ਹੈ ਨਾ ਉਹ ਪ੍ਰੋਨ ਟੂ ਮੋਰ ਡਿਜ਼ੀਜ਼ ਹੋ ਜਾਂਦੇ, ਕਿਉਂਕਿ ਜਿਹੜੇ ਇਨਵਾਇਰਮੈਂਟਲ ਇਨਫਲੂਐਂਸਿਸ ਆਉਂਦੇ ਨੇ ਅਤੇ ਉਹਦੇ ਨਾਲ ਉਹਦਾ ਸਿਸਟਮ ਜ਼ਿਆਦਾ ਵਿਗੜ ਜਾਂਦਾ। ਫਿਰ ਉਹ ਕੀ ਕਰਦੇ ਨੇ, ਫਿਰ ਉਹ ਟਾਈਪ 1 ਡਾਇਬੀਟੀਜ਼ ਆ ਜਾਂਦੀ ਉਸ ਤੋਂ ਬਾਅਦ, ਜਾਂ ਫਿਰ ਉਹਨਾਂ ਨੂੰ ਕਈ ਵਾਰੀ ਉਹ ਜਿਹੜੀ ਐਲਰਜੀਜ਼ ਐਗਜ਼ੀਮਾ ਹੋ ਜਾਂਦੀ, ਕਈ ਉਹਨੂੰ ਐਜ਼ਮਾ ਦੀ ਪ੍ਰੋਬਲਮ ਆ ਜਾਂਦੀ, ਔਰ ਕਈ ਇੱਕ ਹੋਰ ਕੀ ਖਤਰਨਾਕ ਹੈ ਜਿਨ੍ਹਾਂ ਦੀ ਜੋੜਾ ਦਰਦ ਸ਼ੁਰੂ ਹੋ ਜਾਂਦੀ ਹੈ, ਜੁਵੇਨਾਈਲ ਆਰਥਰਾਈਟਿਸ ਕਹਿੰਦੇ, ਜਿਹੜੇ ਸਾਲ ਦੇ ਅੰਦਰ ਅੰਦਰ ਛੋਟੇ 1 ਸਾਲ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਹੱਡੀਆਂ ਦੀ ਬਿਮਾਰੀ ਹੋ ਜਾਂਦੀ ਹੈ, ਇਹੋ ਜਿਹੀ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਜਿਹੜੇ ਵੱਡੇ ਨੇ ਉਹਨਾਂ ਨੂੰ ਆਰਥਰਾਈਟਿਸ ਜਿਹੜੀ ਹੈ ਕਾਫੀ ਕਾਮਨ ਹੈ, ਰੂਮੇਟਾਇਡ ਆਰਥਰਾਈਟਿਸ ਹੋ ਗਈ, ਜਾਂ ਫਿਰ ਇੱਕ ਲਿਊਪਸ ਬਿਮਾਰੀ ਹੈ, ਕਨੈਕਟਿਵ ਟਿਸ਼ੂਜ਼ ਦੀ ਬਿਮਾਰੀ ਹੈ, ਕਿ ਲਿਊਪਸ ਵੀ ਹੁਣ ਆਪਣੀ ਲੇਡੀਜ਼ ਜਿਹੜੀਆਂ ਕਾਫੀ ਨੰਬਰ ਸਾਹਮਣੇ ਆਉਂਦਾ ਪਿਆ ਕਿ ਇਹ ਕਾਫੀ ਲਾਰਜ ਪਾਪੂਲੇਸ਼ਨ ਜਿਹੜੀ ਹੈ ਲੇਡੀਜ਼ ਇਫੈਕਟ ਹੁੰਦੀ ਪਈ ਹੈ ਲਿਊਪਸ SLE, ਇਹ ਖਤਰਨਾਕ ਬਿਮਾਰੀਆਂ ਨੇ। ਈਵਨ ਕਿ ਜਿਹੜੇ IBS ਹੈ, ਇਨਫਲੇਮੇਟਰੀ ਬਾਵਲ ਸਿੰਡਰੋਮ, ਪੇਟ ਦੀਆਂ ਤਕਲੀਫਾਂ ਨੇ, ਜਾਂ ਫਿਰ ਕੋਲਾਈਟਸ ਜਿਹੜੀਆਂ ਬਿਮਾਰੀਆਂ ਨੇ, ਕਰੋਨ ਡਿਜ਼ੀਜ਼ ਨੇ, ਸਾਰੀਆਂ ਜਿਹੜੀਆਂ ਨੇ ਇਹ ਅਸੀਂ ਜਦੋਂ ਵੀ ਹਿਸਟਰੀ ਲਈ ਦੇਖਿਆ ਕਿ ਪਿੱਛੇ ਇਹਨੂੰ ਜ਼ਿਆਦਾ ਇਨਫੈਕਸ਼ਨਸ, ਐਲਰਜੀਜ਼ ਜਾਂ ਇਹੋ ਜਿਹੀਆਂ ਚੀਜ਼ਾਂ ਹੀ ਰਹੀਆਂ ਨੇ। ਸੋ ਇਹ ਜਿਹੜੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਐਲਰਜੀਜ਼ ਜਾਂ ਇਨਫੈਕਸ਼ਨ ਕੋਲੋਂ, ਬਾਅਦ 'ਚ ਵੱਡੀਆਂ ਬਿਮਾਰੀਆਂ ਖਤਰਨਾਕ ਬਣ ਜਾਂਦੀਆਂ, ਅਤੇ ਫਿਰ ਅਸੀਂ ਸੋਚਦੇ ਨਵੀਂ ਬਿਮਾਰੀ ਹੈ ਅਤੇ ਅਸੀਂ ਉਹਦੇ ਟ੍ਰੀਟਮੈਂਟ ਦੇਖਦੇ ਹਾਂ, ਕਿ ਲੇਕਿਨ ਉਹਦੀ ਜੜ੍ਹ ਨਹੀਂ ਪਤਾ ਕਰਦੇ ਕਿ ਇਹ ਬਿਮਾਰੀ ਆਈ ਕਿੱਥੋਂ ਹੈ। ਜਿਵੇਂ ਹੁਣ ਤੁਸੀਂ ਗੱਲਬਾਤ ਕੀਤੀ ਹੈ ਕਿ ਐਲਰਜੀਜ਼ ਵਗੈਰਾ ਹੋ ਜਾਂਦੀਆਂ, ਜਿਵੇਂ ਐਜ਼ਮਾ ਦੀ ਗੱਲ ਕੀਤੀ ਹੈ ਕਿ ਐਜ਼ਮਾ ਹੋਵੇ, ਪਰ ਉਹਦੇ ਲਈ ਆਪਾਂ ਜੇ ਉਹਦੀ ਰੋਕਥਾਮ ਲਈ ਜੇ ਆਪਾਂ ਕੋਈ ਮੈਡੀਸਨ ਵਗੈਰਾ ਲੈਂਦੇ ਹਾਂ ਜੀ, ਤਾਂ ਉਸ ਮੈਡੀਸਨ ਦਾ ਵੀ ਕੋਈ ਸਾਈਡ ਇਫੈਕਟ ਹੁੰਦਾ ਜੀ? ਦੇਖੀਏ, ਮੋਸਟਲੀ ਜਿੰਨੀਆਂ ਵੀ ਓਵਰ ਦਾ ਕਾਊਂਟਰ ਮੈਡੀਸਨਸ ਹੈ ਨੇ, ਕਿਉਂਕਿ ਮੋਸਟਲੀ ਇਸ ਤਰ੍ਹਾਂ ਹੁੰਦਾ ਕਿ ਲੋਕੀ ਅੱਜ ਕੱਲ੍ਹ ਬਹੁਤ ਫਾਸਟ ਲਾਈਫ ਹੈ, ਸੋ ਲੋਕੀ ਕਹਿੰਦੇ ਛੇਤੀ ਇਲਾਜ ਹੋ ਜਾਏ, ਛੇਤੀ ਕਰ ਲਏ, ਤਾਂ ਓਵਰ ਕਾਊਂਟਰ ਜਿਹੜੀ ਵੀ ਮੈਡੀਸਨਸ ਨੇ ਉਹ ਲੈ ਲੈਂਦੇ ਨੇ, ਜਿਸ ਤਰ੍ਹਾਂ ਹੁਣ ਐਜ਼ਮਾ ਵਾਸਤੇ ਪਫ ਬਹੁਤ ਚੱਲੇ ਨੇ, ਪਫ ਲੈ ਲੈਂਦੇ ਨੇ, ਜਾਂ ਜਿਹੜੀਆਂ ਕਿ ਐਲਰਜੀਸ ਹੁੰਦੀਆਂ ਨੇ, ਖਾਜ ਹੁੰਦੀ ਹੈ, ਮੈਂ ਨਾਂ ਨਹੀਂ ਲੈਣਾ ਚਾਹੁੰਦੀ, ਓਵਰ ਦਾ ਕਾਊਂਟਰ ਮੈਡੀਸਨਸ ਲੈਂਦੇ ਨੇ, ਅਤੇ ਉਹਦੇ ਨਾਲ ਟੈਂਪਰੇਰੀ ਅਤੇ ਇਲਾਜ ਹੁੰਦਾ, ਲੇਕਿਨ ਤੁਹਾਡਾ ਇਮਿਊਨ ਸਿਸਟਮ ਜਿਹੜਾ ਸੁਪਰੈਸ ਹੋ ਜਾਂਦਾ। ਔਰ ਕਈ ਮੈਂ ਐਸੇ ਦੇਖਣੇ ਜਿਹੜੇ ਕਾਫੀ ਸਟਰੋਇਡਸ ਵੀ ਲੈਂਦੇ ਨੇ ਲੌਂਗ ਟਰਮ ਲਈ, ਕਿਉਂਕਿ ਉਹ ਕਹਿੰਦੇ ਬਾਕੀ ਦਵਾਈਆਂ ਅਸਰ ਹੀ ਨਹੀਂ ਕਰਦੀਆਂ, ਫਿਰ ਉਹ ਸਟਰੋਇਡ ਚਾਹੇ ਕ੍ਰੀਮਸ ਹੋਣ, ਸਟਰੋਇਡ ਮੈਡੀਸਨਸ ਉਹ ਲੈਂਦੇ ਰਹਿੰਦੇ ਨੇ, ਉਹਦੇ ਨਾਲ ਇਮਿਊਨ ਸਿਸਟਮ ਜਿਹੜਾ ਤੁਹਾਡਾ ਸੁਪਰੈਸ ਹੋ ਜਾਂਦਾ, ਤੋ ਦੈਨ ਪ੍ਰੋਨ ਟੂ ਮੋਰ ਇਨਫੈਕਸ਼ਨਸ, ਕਿਉਂਕਿ ਸਸੈਪਟੀਬਿਲਟੀ ਜਿਹੜੀ ਹੈ ਇਨਫੈਕਸ਼ਨ ਦੀ ਵੱਧ ਜਾਂਦੀ, ਉਸ ਹੋਰ ਇਨਫੈਕਸ਼ਨ ਆ ਜਾਂਦੀਆਂ, ਹੋਰ ਬਿਮਾਰੀਆਂ ਵੱਧ ਜਾਂਦੀਆਂ। ਸੋ ਬੰਦਾ ਇੱਕ ਤਾਂ ਸਾਡੇ ਆਪਣੇ ਕਮਿਊਨਿਟੀ ਹੈਲਥ ਅਵੇਅਰਨੈਸ ਘੱਟ ਹੁੰਦੀ ਹੈ, ਕਿਉਂਕਿ ਮੈਡੀਕਲ ਨੌਲੇਜ ਜ਼ਰੂਰੀ ਨਹੀਂ ਕਿ ਸਾਰੇ ਇੰਨੀ ਨੌਲੇਜ ਹੈ, ਤਾਂ ਹੀ ਅਸੀਂ ਸੈਮੀਨਾਰ ਕਰਨੇ ਆ, ਜਾਂ ਤਾਂ ਹੀ ਅਸੀਂ ਅਵੇਅਰਨੈਸ ਦਿੰਦੇ ਹਾਂ ਕਿ ਪਤਾ ਲੱਗੇ ਕਿ ਇਹ ਬਿਮਾਰੀਆਂ ਕਿੱਥੋਂ ਆਈਆਂ ਨੇ, ਕੀ ਹੈ ਇਹਦੀ ਜੜ੍ਹ, ਕੀ ਹੈ ਇਹਦਾ ਪਾਥਵੇ, ਕੀ ਹੈ ਕਿੱਥੋਂ ਸੀ ਰਸਤਾ, ਕੀ ਹੈ ਅੱਗੇ ਜਾ ਕੇ ਕੀ ਹੋਏਗਾ। ਤੋ ਇਹ ਬਹੁਤ ਜ਼ਰੂਰੀ ਹੈ ਜਾਣਨਾ, ਅਸੀਂ ਕਹਿੰਦੇ ਕਿ ਆਪਣੀ ਜਿਹੜੀ ਸਾਰੀ ਪੰਜਾਬੀ ਕਮਿਊਨਿਟੀ ਹੈ ਜੇ ਦੂਸਰੇ ਜ਼ਰੂਰ ਪਤਾ ਲੱਗਣਾ ਚਾਹੀਦਾ ਕਿ ਇਹ ਬਿਮਾਰੀਆਂ ਦਾ ਕੀ ਰਸਤਾ ਹੈ, ਲੰਬਾ ਰਸਤਾ ਹੈ, ਜਰਨੀ ਕੀ ਹੈ, ਜਾਂ ਅੱਜ ਦੀ ਡੇਟ 'ਚ ਅਸੀਂ ਟ੍ਰੀਟਮੈਂਟ ਨਹੀਂ ਕਰਾਂਗੇ ਜਾਂ ਸਹੀ ਇਲਾਜ ਨਹੀਂ ਕਰਾਂਗੇ, ਕੱਲ੍ਹ ਨੂੰ ਇਹ ਕੀ ਹੋ ਜਾਏਗਾ, ਅਗਰ ਮੈਨੂੰ ਹੁੰਦਾ ਪਿਆ ਤਾਂ ਇਹਦੇ ਨਾਲ ਮੇਰੇ ਕਿਆ ਬੱਚੇ ਵੀ ਇਫੈਕਟ ਕਰਨਗੇ ਜਾਂ ਆਉਣ ਵਾਲੀ ਜਨਰੇਸ਼ਨ ਵੀ ਇਫੈਕਟ ਕਰਨਗੇ। ਸੋ ਜਿਹੜੀ ਹੈ ਇੱਕ ਸਾਡਾ ਵਿਜ਼ਨ ਜਿਹੜਾ ਹੈ, ਜਿਹੜਾ ਟਨਲ ਵਿਜ਼ਨ ਹੈ, ਇਹਨੂੰ ਸਾਡੇ ਅਸੀਂ ਜਿਹੜੇ ਸਾਡੇ ਜੇ ਤੁਹਾਡੇ ਨਾਲ ਅਸੀਂ ਟਾਕ ਸ਼ੋਅ ਕਰਨੇ ਆ ਜਾਂ ਜਿਹੜੇ ਸੈਮੀਨਾਰਸ ਕਰਨੇ ਆ, ਇਹਦੇ ਨਾਲ ਕਿ ਸਾਡੀ ਕਮਿਊਨਿਟੀ ਦਾ ਜਿਹੜਾ ਵਿਜ਼ਨ ਹੈ ਉਹ ਬਰਾਡ ਹੋ ਜਾਏ, ਕਿ ਅਸੀਂ ਇੱਕ ਉਸ ਉੱਥੇ ਦਾਇਰੇ ਤੱਕ ਨਾ ਸੋਚੀਏ, ਇਸ ਦਾਇਰੇ 'ਚੋਂ ਨਿਕਲ ਕੇ ਅਸੀਂ ਬਾਹਰ ਜਿਹੜਾ ਹੈ ਆਊਟ ਆਫ ਦਾ ਬਾਕਸ ਸੋਚੀਏ, ਕਿ ਅਸੀਂ ਸਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਸਿਹਤ ਠੀਕ ਕਰਨੀ ਹੈ, ਲੇਕਿਨ ਸਾਡੀ ਆਪਣੇ ਵਾਲੀ ਜਨਰੇਸ਼ਨ ਜਿਹੜੀਆਂ ਨੇ ਉਹਨਾਂ ਦੀ ਸਿਹਤ ਵੀ ਠੀਕ ਕਰਨਾ ਬਹੁਤ ਬਹੁਤ ਇੰਪੋਰਟੈਂਟ ਹੈ ਜੀ। ਕਿਉਂਕਿ ਕਈ ਵਾਰੀ ਆਪਾਂ ਜਿਵੇਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਐਲਰਜੀਸ ਦੀ ਗੱਲ ਕੀਤੀ ਸੀ, ਅਲੱਗ ਅਲੱਗ ਤਰ੍ਹਾਂ ਦੀਆਂ ਹੁੰਦੀਆਂ, ਕਈ ਵਾਰ ਸਾਨੂੰ ਚੀਜ਼ਾਂ ਤੋਂ ਹੁੰਦੀਆਂ ਨੇ ਬਾਹਰ ਜਾਂ ਘਾਹ ਵਗੈਰਾ ਤੋਂ ਹੋ ਗਈ, ਜਾਂ ਕਈਆਂ ਨੂੰ ਬਾਹਰੋਂ ਮੌਸਮ ਵੈਦਰ ਵਗੈਰਾ ਇਹੋ ਜਿਹਾ ਹੁੰਦਾ ਹੈ ਨਾ, ਹਵਾ ਤੋਂ ਹੋ ਜਾਂਦੀ ਆ, ਪਰ ਕਈ ਵਾਰ ਕਈਆਂ ਨੂੰ ਹੁੰਦੀ ਆ ਆਟੇ ਤੋਂ ਵੀ ਹੋ ਜਾਂਦੀ ਹੈ। ਹਾਂਜੀ ਹਾਂਜੀ। ਸੋ ਉਹ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ, ਜੋ ਟੈਸਟ ਕਰਵਾਏ ਤਾਂ ਪਤਾ ਲੱਗਦਾ, ਜਾਂ ਫਿਰ ਉਹਦਾ ਕੋਈ ਕੋਈ ਸਿਸਟਮ ਹੈਗਾ ਕੋਈ ਇਸ ਤਰ੍ਹਾਂ ਦਾ ਕਿ ਬਿਨਾਂ ਟੈਸਟ ਤੋਂ ਵੀ ਪਤਾ ਲੱਗ ਸਕਦਾ? ਇਸ ਤਰ੍ਹਾਂ ਹੁੰਦਾ ਕਿ ਦੋ ਚੀਜ਼ਾਂ ਨੇ, ਪਹਿਲੇ ਤਾਂ ਜਿਸ ਤਰ੍ਹਾਂ ਹੁਣ ਤੁਸੀਂ ਕਣਕ ਦੀ ਗੱਲ ਕੀਤੀ ਹੈ, ਕਣਕ ਵਿੱਚ ਕਿਉਂਕਿ ਇੱਕ ਪ੍ਰੋਟੀਨ ਹੈ, ਹੈਵੀ ਪ੍ਰੋਟੀਨ ਹੈ ਜਿਹਨੂੰ ਗਲੂਟਨ ਕਹਿੰਦੇ ਆ, ਕਿਉਂਕਿ ਉਹ ਗਲੂਟਨ ਜਿਹੜਾ ਇੱਥੇ ਨੌਰਥ ਅਮਰੀਕਾ 'ਚ ਗਲੂਟਨ ਜਿਹੜਾ ਪ੍ਰੋਟੀਨ ਜਿਹੜੀ ਆ ਕਾਫੀ ਸਾਈਜ਼ ਵੱਡਾ ਹੈ, ਔਰ ਮਿਊਟੇਟਿਡ ਹੈ, ਮਿਊਟੇਸ਼ਨਸ ਨੇ ਉਹਦੇ 'ਚ, ਔਰ ਸਾਡੀ ਬੋਡੀ ਜਿਹੜੀ ਉਹਨੂੰ ਡਾਈਜੈਸਟ ਨਹੀਂ ਕਰ ਸਕਦੀ, ਜਿਹਨਾਂ ਦਾ ਡਾਈਜੈਸਟਿਵ ਸਿਸਟਮ ਠੀਕ ਹੁੰਦਾ ਉਹਨਾਂ ਦਾ ਡਾਈਜੈਸਟ ਹੋ ਜਾਂਦਾ, ਲੇਕਿਨ ਥਰੋਟ ਸੈਂਸਿਟੀਵਿਟੀ ਤਾਂ ਬਣਦੀ ਰਹਿੰਦੀ ਹੈ। ਤੁਸੀਂ ਦੇਖਿਆ ਨੋਰਮਲ ਕਈ ਹੈਲਦੀ ਵੀ ਆ ਨੇ, ਲੇਕਿਨ ਪੇਟ ਫੁੱਲੇ ਹੋਏ ਨੇ, ਕਿਉਂਕਿ ਪੇਟ ਤੁਸੀਂ ਲੇਡੀਜ਼ ਦਾ ਵੀ ਦੇਖੋਗੇ, ਜੈਂਟਸ ਦਾ ਵੀ ਦੇਖੋਗੇ, ਪੇਟ ਹੀ ਫੁੱਲਿਆ ਹੁੰਦਾ, ਕਿਉਂਕਿ ਉਹ
ਇਨਫਲੇਮੇਸ਼ਨ ਹੋ ਜਾਂਦੀ ਕਿਉਂਕਿ ਕੋਈ ਵੀ ਸਾਡੀ ਬਾਡੀ ਜਿਹੜਾ ਡਾਈਜੈਸਟ ਕਰਨ ਨੂੰ ਹਾਰਡ ਕੰਮ ਕਰਨਾ ਪੈਂਦਾ ਹੈ ਕਿਉਂਕਿ ਉਹ ਪ੍ਰੋਟੀਨ ਹੈਵੀ ਹੈ ਤਾਂ ਸਾਡੀ ਬਾਡੀ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਜਿਸ ਨੇ ਹਾਰਡ ਕਰਦੀ ਹੈ ਬਾਡੀ ਡਾਈਜੈਸਟ ਨਹੀਂ ਕਰਦੀ ਫਿਰ ਬਾਡੀ ਸਟਰਗਲ ਕਰਦੀ ਹੈ ਉਹ ਕੀ ਕਰਦੀ ਇਨਫਲੇਮੇਸ਼ਨ ਕ੍ਰੀਏਟ ਹੁੰਦੀ ਹੈ ਜਿਸ ਲਈ ਸਾਡੀ ਬਾਡੀ 'ਚ ਇਨਫਲੇਮੇਸ਼ਨ ਹੁੰਦੀ ਵਾਟਰ ਰਿਟੈਨਸ਼ਨ ਜ਼ਿਆਦਾ ਹੋ ਜਾਂਦੀ ਅਤੇ ਸਾਡੀ ਬਲੋਟਿੰਗ ਜਾਂ ਪੇਟ ਵੱਧ ਜਾਂਦਾ ਇਹਨੂੰ ਕਹਿੰਦੇ ਸੈਂਸਿਟੀਵਿਟੀ ਪਹਿਲੇ ਗਲੂਟਨ ਸੈਂਸਿਟੀਵਿਟੀ ਹੈ ਔਰ ਕਾਫੀ ਜਿਹੜੀ ਪਾਪੂਲੇਸ਼ਨ ਹੈ ਸਾਡੀ ਕਮਿਊਨਿਟੀ ਦੀ ਜਿਹੜੀ ਕਿ ਸਾਡੀ ਕਣਕ ਜ਼ਿਆਦਾ ਖਾਂਦੇ ਨੇ ਹੈ ਨਾ ਬਾਕੀ ਤੁਸੀਂ ਲੋਕ ਦੇਖੋ ਜਾਂ ਬ੍ਰੈਡ ਖਾਂਦੇ ਜਾਂ ਸੈਲਡ ਖਾਂਦੇ ਨੇ ਕੁਛ ਹੋਰ ਚੀਜ਼ਾਂ ਫਰੂਟਸ ਖਾਂਦੇ ਨੇ ਹੈ ਨਾ ਲੇਕਿਨ ਆਪਣੇ ਲੋਕ ਜ਼ਿਆਦਾ ਕਣਕ ਖਾਂਦੇ ਰੋਟੀ ਖਾਂਦੇ ਨੇ ਇੱਥੇ ਅਤੇ ਉਹ ਜਿਹੜੀ ਹੈ ਉਹ ਸੈਂਸਿਟਿਵ ਹੁੰਦੀ ਹੈ ਲੇਕਿਨ ਸੈਂਸਿਟਿਵਿਟੀ ਕੁਛ ਹੱਦ ਤੱਕ ਹੁੰਦੀ ਹੈ ਲੇਕਿਨ ਕਈਆਂ ਨੂੰ ਐਲਰਜੀਜ਼ ਹੋ ਜਾਂਦੀਆਂ ਕਿ ਜਿਹਨਾਂ ਦੀ ਬਾਡੀ ਉਹ ਪ੍ਰੋਟੀਨ ਡਾਈਜੈਸਟ ਕਰ ਹੀ ਨਹੀਂ ਸਕਦੀ ਬ੍ਰੇਕ ਡਾਊਨ ਕਰ ਹੀ ਨਹੀਂ ਸਕਦੀ ਉਹਦੇ 'ਚ ਉਹੋ ਜਿਹੇ ਇਨਜ਼ਾਈਮ ਹੈ ਹੀ ਨਹੀਂ ਕਿ ਡਾਈਜੈਸਟ ਕਰ ਸਕਣ ਉਹ ਫਿਰ ਸਾਨੂੰ ਗਲੂਟਨ ਦੀ ਐਲਰਜੀ ਹੋ ਜਾਂਦੀ ਉਹ ਫਿਰ ਜਿਸ ਲਈ ਵੀ ਉਹਨਾਂ ਪੇਟ ਖਰਾਬ ਰਹਿੰਦਾ ਜਾਂ ਫਿਰ ਇੰਟੈਸਟਾਈਨ ਇੰਨੀ ਜ਼ਿਆਦਾ ਇਨਫਲੇਮੇਸ਼ਨ ਹੁੰਦੀ ਹੈ ਕਿ ਉਹ ਸੀਲੀਅਕ ਡਿਜ਼ੀਜ਼ ਕਹਿੰਦੇ ਉਹਨੂੰ ਬਣ ਜਾਂਦੀ ਹੈ ਸੋ ਹੁਣ ਇਹਨਾਂ ਤੋਂ ਐਲਰਜੀਜ਼ ਵਗੈਰਾ ਤੋਂ ਇਹਨੂੰ ਕੰਟਰੋਲ ਕਰਨ ਵਾਸਤੇ ਜਾਂ ਸਾਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਕਿ ਹਾਂ ਵੀ ਅਸੀਂ ਇਸ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਹਾਂ ਇਸ ਐਲਰਜੀ ਸਾਨੂੰ ਇਹ ਚੀਜ਼ ਤੋਂ ਹੋਈ ਆ ਤੁਸੀਂ ਕੀ ਸਲਾਹ ਦੇਵੋਗੇ ਸਾਡੇ ਪਰਿਵਾਰਾਂ ਨੂੰ ਕਿ ਕੀ ਕਹਿਣਾ ਚਾਹੀਦਾ ਸ਼ਮੀ ਜੀ ਇਸ ਤਰ੍ਹਾਂ ਹੈ ਕਿ ਮੈਂ ਤਾਂ ਹਰ ਵਾਰੀ ਇਹੋ ਹੀ ਕਹਿੰਦੀ ਹਾਂ ਕਿ ਉਸ ਲੈ ਨਾ ਜਾਈਏ ਜਿਸ ਲਈ ਕਿ ਬਿਲਕੁਲ ਮੰਜੇ ਦੇ ਪੈਣੇ ਵਾਲੀ ਗੱਲ ਹੈ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੀ ਸਿਹਤ ਠੀਕ ਕਰਨ ਵਾਸਤੇ ਤੁਸੀਂ ਬਿਮਾਰ ਹੋ ਕੇ ਫਿਰ ਸਿਹਤ ਠੀਕ ਕਰਨੀ ਹੈ ਹਰ ਇੱਕ ਦਾ ਹੱਕ ਬਣਦਾ ਕਿ ਅੱਜ ਦੀ ਡੇਟ 'ਚ ਮੈਂ ਕਿੰਨਾ ਹੈਲਦੀ ਹਾਂ ਜਾਂ ਮੇਰੇ ਅੰਦਰ ਦੇ ਔਰਗਨ ਕਿੰਨੇ ਹੈਲਦੀ ਨੇ ਜਿਸ ਤਰ੍ਹਾਂ ਕਿ ਅਗਰ ਟੈਸਟਿੰਗ ਜਿਹੜੀ ਹੈ ਉਹ ਇੱਕ ਟੂਲ ਹੈ ਤੁਹਾਡੇ ਕੋਲ ਕਿ ਇਸ ਦੇ ਜ਼ਰੀਏ ਪਤਾ ਲੱਗਦਾ ਕਿ ਮੈਂ ਇਨਫੋਰਮੇਸ਼ਨ ਗੈਦਰ ਕਰਾਂ ਕਿ ਮੇਰਾ ਲੀਵਰ ਕਿੰਨਾ ਹੈਲਦੀ ਹੈ ਜਾਂ ਮੇਰੇ ਕਿਡਨੀਜ਼ ਕਿੰਨੀਆਂ ਹੈਲਦੀ ਨੇ ਜਾਂ ਮੈਨੂੰ ਕੋਈ ਐਲਰਜੀਨਸ ਤਾਂ ਨਹੀਂ ਇਫੈਕਟ ਕਰਦਾ ਪਿਆ ਅਤੇ ਜਿਸ ਤਰ੍ਹਾਂ ਮੈਂ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸੀਲੀਅਕ ਡਿਜ਼ੀਜ਼ ਹੋਏਗੀ ਫਿਰ ਟ੍ਰੀਟਮੈਂਟ ਸ਼ੁਰੂ ਕਰਨਾ ਜਿਸ ਲਈ ਸੈਂਸਿਟੀਵਿਟੀ ਬਣਨਾ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਦੇਖਿਆ ਕਿ ਉਹਨੂੰ ਡਕਾਰ ਆਉਂਦੇ ਨੇ ਬਲੋਟਿੰਗ ਹੁੰਦੀ ਹੈ ਜਾਂ ਫਿਰ ਖਾਣੇ ਦੇ ਬਾਅਦ ਸੁਸਤੀ ਜਿਹੀ ਪੇ ਰਹਿੰਦੀ ਹੈ ਕਾਫੀ ਕਈ ਕਹਿੰਦੇ ਖਾਣੇ ਦੇ ਬਾਅਦ ਨੀਂਦ ਆ ਜਾਂਦੀ ਹੈ ਅਤੇ ਕਈ ਕਹਿੰਦੇ ਨੇ ਭੁੱਖ ਘੱਟ ਲੱਗਦੀ ਹੈ ਤੋ ਜਾਂ ਫਿਰ ਅੰਦਰ ਐਸਿਡ ਬਣਦਾ ਤੋ ਅਗਰ ਇਹੋ ਜਿਹੀ ਚੀਜ਼ਾਂ ਸ਼ੁਰੂ ਹੁੰਦੀ ਪਈਆਂ ਨੇ ਪਰ ਕਈ ਵੈਸੇ ਵੀ ਦੇਖੇ ਜਿਹੜੇ ਕਹਿੰਦੇ ਇਸ ਤਰ੍ਹਾਂ ਲੱਗਦਾ ਪੇਟ ਜਿਹੜਾ ਪੱਕਿਆ ਰਹਿੰਦਾ ਬਹੁਤ ਜ਼ਿਆਦਾ ਕੰਪਲੇਨ ਕਰਦੇ ਕਈ ਪੇਟ ਦਰਦ ਹੁੰਦੀ ਹੈ ਤੋ ਜੇ ਇਹੋ ਜਿਹੇ ਵੀ ਸਿਮਟਮ ਆਉਂਦੇ ਨੇ ਤਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਕੋਈ ਓਵਰ ਦਾ ਕਾਊਂਟਰ ਬਿਮਾਰੀ ਜਾਂ ਕੋਈ ਚੂਰਨ ਜਾਂ ਕੋਈ ਦਵਾਈ ਲੈ ਕੇ ਥੋੜ੍ਹੀ ਸ਼ਾਂਤ ਕਰਨਾ ਹੈ ਇਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਟੈਸਟਿੰਗ ਕਰਾ ਕੇ ਦੇਖੋ ਕਿ ਮੇਰੀ ਇਨਫੋਰਮੇਸ਼ਨ ਲਓ ਕਿ ਮੇਰੀ ਪ੍ਰੋਬਲਮ ਹੈ ਕੀ ਹੈ ਔਰ ਪਹਿਲੀ ਵਾਰੀ ਮੈਂ ਵੀ ਕਿਹਾ ਕਿ ਆਪਣੀ ਕਮਿਊਨਿਟੀ ਵਾਸਤੇ ਕੁਛ ਟੈਸਟ ਅਸੀਂ ਫ੍ਰੀ ਵੀ ਰੱਖੇ ਨੇ ਉਹ ਇਸ ਕਰਕੇ ਰੱਖੇ ਨੇ ਕਿ ਐਟਲੀਸਟ ਤੁਸੀਂ ਆ ਕੇ ਆਪਣੀ ਇਨਫੋਰਮੇਸ਼ਨ ਸਾਨੂੰ ਦੱਸੋ ਔਰ ਐਟਲੀਸਟ ਬਿਲਕੁਲ ਜਿਹੜੇ ਫ੍ਰੀ ਟੈਸਟ ਨੇ ਕਮ ਸੇ ਕਮ ਉਹ ਕਰਾ ਕੇ ਤੁਸੀਂ ਦੇਖਦੇ ਲਓ ਕਿ ਮੇਰੀ ਬਾਡੀ ਵਿੱਚ ਕੁਛ ਹੁੰਦਾ ਤਾਂ ਨਹੀਂ ਪਿਆ ਬਾਕੀ ਫਿਰ ਟੈਸਟਿੰਗ ਦੇਖੋ ਡਿਫਰੈਂਟ ਰੇਂਜਿਸ ਵੀ ਹੁੰਦੀਆਂ ਨੇ ਸੈਲੂਲਰ ਟੈਸਟਿੰਗ ਹੈ ਜੈਨੇਟਿਕ ਟੈਸਟਿੰਗ ਹੈ ਯੂਰੀਨ ਟੈਸਟਿੰਗ ਹੈ ਸਲਾਈਵਾ ਟੈਸਟਿੰਗ ਹੈ ਕਾਫੀ ਰੇਂਜ ਹੁੰਦੀ ਹੈ ਜਿਹਦੇ ਕਿ ਜ਼ਿਆਦਾ ਬਰੀਕੀ ਨਾਲ ਅੰਦਰੋਂ ਪਤਾ ਲੱਗਦਾ ਕਿ ਅੰਡਰ ਦਾ ਸਰਫਿਸ ਕੀ ਹੁੰਦਾ ਪਿਆ ਪਰ ਐਟਲੀਸਟ ਜਿਹੜੇ ਫ੍ਰੀ ਟੈਸਟਿੰਗ ਨੇ ਜਾਂ ਛੋਟੇ ਟੈਸਟਿੰਗ ਨੇ ਸਿੰਪਲ ਤੁਸੀਂ ਕਰਾ ਕੇ ਐਟਲੀਸਟ ਕੁਛ ਜਾਣਕਾਰੀ ਮਿਲ ਸਕਦੀ ਹੈ ਕਿ ਉਹ ਲੈ ਕੇ ਮੈਂ ਕਿਹੜੇ ਪ੍ਰੋਗਰਾਮ 'ਚ ਜੁਆਇਨ ਕਰਾਂ ਜਿਹੜੇ ਕਿ ਸਿੰਪਲ ਪ੍ਰੋਗਰਾਮ ਜਿਹੜੇ ਅਫੋਰਡੇਬਲ ਹੋਣ ਜਿਹਦੇ ਨਾਲ ਕਿ ਮੈਂ ਆਪਣੀ ਸਿਹਤ ਨੂੰ ਇੱਕ ਸਹੀ ਡਾਇਰੈਕਸ਼ਨ ਦੇ ਸਕਾਂ ਕਿ ਗਲਤ ਡਾਇਰੈਕਸ਼ਨ ਜਾਣ ਕੋਲੋਂ ਹੈ ਕਿ ਮੈਨੂੰ ਪ੍ਰੋਪਰ ਮੈਨੂੰ ਇਨਫੋਰਮੇਸ਼ਨ ਮਿਲੇ ਔਰ ਜਿਹੜੇ ਸਾਡੇ ਕੋਲ ਆਓਗੇ ਤਾਂ ਅਸੀਂ ਰਾਈਟ ਇਨਫੋਰਮੇਸ਼ਨ ਮਿਲੇਗੀ ਕਿਉਂਕਿ ਅਸੀਂ ਰਿਸਰਚ ਬੇਸਡ ਸਾਡਾ ਕੰਮ ਹੈ ਕਿਉਂਕਿ ਸਾਇੰਟਿਸਟ ਮੇਰੀ ਬੈਕਗ੍ਰਾਉਂਡ ਹੈ ਅਤੇ ਕੰਮ ਹੀ ਇਹੋ ਕੀਤਾ 30 ਸਾਲ ਹੋ ਗਏ ਨੇ ਇਸ ਫੀਲਡ 'ਚ ਅਤੇ ਸਾਰਾ ਰਿਸਰਚ ਬੇਸਡ ਹੈ ਔਰ ਬਿਲਕੁਲ ਗੁੜ ਕਈ ਕਹਿੰਦੇ ਤੁਸੀਂ ਬਿਲਕੁਲ ਅੰਦਰ ਵੜ ਕੇ ਕੰਮ ਕਰਦੇ ਹੋ ਕਿ ਕੋਈ ਪੇਸ਼ੈਂਟ ਉਹਨੂੰ ਛੱਡਣਾ ਨਹੀਂ ਉਹਨੂੰ ਬਿਮਾਰੀ ਦੇ ਕਾਬੂ ਕਰਕੇ ਨਾ ਜਿਹੜਾ ਬਿਮਾਰੀ ਕਿੱਥੋਂ ਆਈ ਹੈ ਬਿਲਕੁਲ ਡੀਪ ਇਨਸਾਈਡ ਜਾ ਕੇ ਦੇਖ ਕੇ ਪੂਰੀ ਤਸੱਲੀ ਕਰਕੇ ਫਿਰ ਉਹਨੂੰ ਦੱਸਣਾ ਕਿ ਇਹ ਹੁੰਦਾ ਪਿਆ ਅਤੇ ਇਹਦੇ ਵਾਸਤੇ ਘਬਰਾਉਣ ਦੀ ਜ਼ਰੂਰਤ ਨਹੀਂ ਕਿ ਕਈ ਡਰਦੇ ਨੇ ਘਬਰਾਉਣ ਦੀ ਜ਼ਰੂਰਤ ਨਹੀਂ ਐਵਰੀਥਿੰਗ ਅੰਡਰ ਕੰਟਰੋਲ ਸਿੰਪਲ ਤੁਸੀਂ ਡਾਇਟ ਚੇਂਜ ਕਰੋ ਔਰ ਆਪਣੀ ਜਿਹੜੀ ਲਾਈਫ ਸਟਾਈਲ ਚੇਂਜ ਕਰੋ ਜਾਂ ਤੁਹਾਡੀ ਥੋੜ੍ਹੀ ਐਕਸਰਸਾਈਜ਼ ਕਰੋ ਅਤੇ ਜਾਂ ਪਾਣੀ ਦਾ ਆਪਣੇ ਚੇਂਜਿਸ ਕਰੋ ਜਾਂ ਕੁਛ ਵੀ ਸਿੰਪਲ ਤਰੀਕੇ ਨਾਲ ਇੱਕ ਲਾਈਫ ਨੂੰ ਇੱਕ ਸਹੀ ਡਾਇਰੈਕਸ਼ਨ ਦੇ ਸਕਦੇ ਹੋ ਤਾਂ ਕਿ ਬਿਮਾਰੀਆਂ ਵਧਣ ਨਹੀਂ ਔਰ ਬਿਮਾਰੀਆਂ ਘਟਣ ਡਾਕਟਰ ਸ਼ਾਹ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਜੀ ਬਹੁਤ ਵਧੀਆ ਵਧੀਆ ਸਾਡੇ ਪਰਿਵਾਰਾਂ ਨੂੰ ਜਾਣਕਾਰੀ ਦਿੱਤੀ ਜੀ ਸੋ ਅਖੀਰ ਦੇ ਵਿੱਚ ਸਾਡੇ ਪਰਿਵਾਰ ਨੇ ਵੀ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਵੈਨਕੂਵਰ ਦੇ ਏਰੀਏ ਵਿੱਚ ਹੋ ਜਾਂ ਫਿਰ ਟੋਰਾਂਟੋ ਦੇ ਵਿੱਚ ਹੋ ਜਾਂ ਤੁਸੀਂ ਅਮੈਰੀਕਾ ਦੇ ਵਿੱਚ ਹੋ ਜੀ ਕਿਤੇ ਵੀ ਤੁਸੀਂ ਹੈਗੇ ਆ ਤਾਂ ਤੁਸੀਂ ਇਹਨਾਂ ਨੂੰ ਮਿਲ ਵੀ ਸਕਦੇ ਹੋ ਅਤੇ ਇਹਦੇ ਨਾਲ ਨਾਲ ਤੁਸੀਂ ਫੋਨ ਵੀ ਕਰ ਸਕਦੇ ਹੋ ਫੋਨ ਨੰਬਰ ਜ਼ਰੂਰ ਦਿਓ ਜੀ ਜੀ ਫੋਨ ਨੰਬਰ ਸਾਡਾ ਹੈ 604-593-5030 604
593-5030 और जिहड़ी साडी वैबसाइट है advancedgenomics.com और .ca भी है, उत्थे जाके ज्यादा जानकारी लै सकदे हो या यूट्यूब च काफी साडे आंदे ने सेगमेंट्स है ने, तुसी ओ डॉक्टर निशा डोगरा टाइप करके काफी जानकारी भी लै सकदे हो। और अगर रिकॉर्डेड सीडी चाहीदियां ने जरूर तुसी फोन करके लै लो। और जिहड़ी शम्मी जी, मैं भी बड़ी बड़ी कहनी है कि असी जिहड़ा ਤੁਹਾਨੂੰ ਜਿਹੜਾ ਕਹਿੰਦੇ ਨੇ ਕਿ ਸ਼ਮੀ ਜੀ ਨੂੰ ਪ੍ਰੋਗਰਾਮ ਸੁਣ ਕੇ ਆਏ ਆ ਤੇ ਅਸੀਂ ਉਹਨਾਂ ਨੂੰ ਡਿਸਕਾਊਂਟ ਵੀ ਦਿੰਦੇ ਆ। ਔਰ ਦੂਸਰੀ ਗੱਲ ਇਹ ਹੈ ਕਿ ਕਾਫੀ ਇੰਸ਼ੋਰੈਂਸ ਕਵਰ ਕਰਦੀਆਂ ਨੇ ਤੇ ਇੰਸ਼ੋਰੈਂਸ ਕਵਰੇਜ ਵੀ ਹੈ। ਔਰ ਲੌਂਗ ਡਿਸਟੈਂਸ ਵਾਸਤੇ ਵੀ ਅਸੀਂ ਮੋਬਾਈਲ ਸਰਵਿਸਿਜ਼ ਰੱਖੀਆਂ ਨੇ ਔਰ ਮਸ਼ਵਰਾ ਲੈਂਦੇ ਨੇ। ਪਰ ਜਿਹੜਾ ਵੀ ਕੋਈ ਕਹਿੰਦਾ ਕਿ ਅਸੀਂ ਸ਼ਮੀ ਜੀ ਉਹਨਾਂ ਨੇ ਸ਼ਮੀ ਭਾਅ ਜੀ ਉਹਨਾਂ ਦਾ ਪ੍ਰੋਗਰਾਮ ਸੁਣ ਕੇ ਆਏ ਆ ਤੇ ਡੈਫੀਨੇਟਲੀ ਅਸੀਂ ਉਹਨਾਂ ਤੁਹਾਡਾ ਅਸੀਂ ਮਾਣ ਰੱਖਦੇ ਹਾਂ, ਆਨਰ ਕਰਦੇ ਹਾਂ ਔਰ ਉਹਨਾਂ ਦਾ ਕੋਸ਼ਿਸ਼ ਕਰਨਾ ਕਿ ਵੱਧ ਕੋਲ ਵੱਧ ਸੇਵਾ ਕਰੀਏ। ਬਿਲਕੁਲ ਜੀ, ਜਿਵੇਂ ਅਸੀਂ ਪਹਿਲਾਂ ਸ਼ੁਰੂਆਤ ਵਿੱਚ ਕਿਹਾ ਸੀ ਕਿ ਇਸ ਤੋਂ ਪਹਿਲਾਂ ਕਿ ਬਿਮਾਰੀਆਂ ਤੁਹਾਨੂੰ ਦੱਬ ਲੈਣ ਜੀ, ਸੋ ਪਹਿਲਾਂ ਇਸ ਤਰ੍ਹਾਂ ਕਰੀਏ ਕਿ ਬਿਮਾਰੀਆਂ ਨੂੰ ਆਪਾਂ ਹੀ ਦੱਬ ਲਈਏ। ਬਿਲਕੁਲ, ਤੁਹਾਡਾ ਬਹੁਤ ਸ਼ੁਕਰੀਆ ਜੀ। ਥੈਂਕ ਯੂ, ਥੈਂਕ ਯੂ ਜੀ।